ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ। ਹੋਰ ਸਾਰੇ ਕਿਵੇਂ ਹੋ ਤੁਸੀਂ? ਕੀ ਹਾਲ ਚਾਲ ਹੈ ਤੁਹਾਡਾ? ਅਸੀਂ ਤਾਂ ਸਾਰੇ ਠੀਕ ਠਾਕ ਹਾਂ ਜੀ। ਹੁਣ ਆਪਣੇ ਆ ਕੰਮ ਕਾਰ ਜੇ ਨਿਬੜ ਗਏ ਨੇ, ਅੱਜ ਵੋਟਾਂ ਨੇ ਤੇ ਆਪਾਂ ਚੱਲੇ ਹਾਂ ਜੀ ਵੋਟ ਪਾਉਣ। ਤੇ ਮੈਨੂੰ ਵੀ ਉਮੀਦ ਹੈ ਕਿ ਤੁਸੀਂ ਵੀ ਸਾਰਿਆਂ ਨੇ ਵੋਟ ਪਾਤੀ ਹੋਣੀ ਹੈ ਜੀ। ਪਹਿਲਾਂ ਆਪਾਂ ਨੇ ਸਾਰੇ ਘਰ ਦੇ ਕੰਮ ਕਾਰ ਨਿਬੇੜੇ ਨੇ, ਉਸ ਤੋਂ ਬਾਅਦ ਹੁਣ ਵਿਹਲੇ ਹੋ ਗਏ। ਹੁਣ ਮਤਲਬ ਸਵੇਰ ਦਾ ਕੰਮ ਨਿਬੜ ਗਿਆ, ਆਪਾਂ ਵੋਟ ਪਾਉਣ ਚੱਲੇ ਹਾਂ ਤੇ ਉੱਥੇ ਕਈ ਵਾਰ ਇਕੱਠ ਮੱਠ ਹੁੰਦਾ। ਫਿਰ ਹੋਰ ਦੁਪਹਿਰ ਸ਼ਾਮ ਦਾ ਕੰਮ ਕਾਰ ਆ ਕੇ ਕਰਾਂਗੇ ਜੀ। ਬਾਕੀ ਸਭ ਨੂੰ ਪਤਾ ਹੀ ਹੈ ਜੀ, ਤੁਸੀਂ ਇਸ ਵਾਰ ਆਪਣਾ ਜਿਹੜਾ ਉਮੀਦਵਾਰ ਹੈ ਸੋਚ ਸਮਝ ਕੇ ਚੁਣੋਗੇ ਵੀ ਕਿਹਨੇ ਕਿੱਥੇ ਵੋਟ ਪਾਉਣੀ ਹੈ। ਸਭ ਨੂੰ ਖੈਰ ਆਪਣੇ ਪਤਾ ਹੀ ਹੁੰਦਾ ਆਪਣੇ ਘਰ ਦੇ ਵਿੱਚ ਕਿ ਆਪਾਂ ਨੇ ਵੋਟ ਕਿੱਥੇ ਪਾਉਣੀ ਆ। ਤੇ ਇਹ ਅਧਿਕਾਰ ਆਪਾਂ ਨੂੰ ਮਿਲਿਆ ਹੋਇਆ ਜੀ ਆਪਣੀ ਮਰਜ਼ੀ ਦੀ ਵੋਟ ਪਾਉਣ ਦਾ। ਤੇ ਆਪਾਂ ਨੂੰ ਉਮੀਦਵਾਰ ਹੈ ਜਿਹੜਾ ਇਹ ਆਪਾਂ 5 ਸਾਲ ਬਾਅਦ ਚੁਣਦੇ ਹਾਂ। ਦੇਖੋ ਇੱਕ ਵਾਰ ਵੋਟ ਪਾਉਣ ਨਾਲ ਆਪਣੀ 5 ਸਾਲ ਤੇ ਗੱਲ ਜਾ ਰਹਿੰਦੀ ਆ। ਤੇ ਫਿਰ ਮੈਂ ਉਮੀਦ ਕਰਦੀ ਹਾਂ ਕਿ ਤੁਸੀਂ ਸੋਚ ਸਮਝ ਕੇ ਵੋਟ ਪਾਈ ਹੋਣੀ ਹੈ ਜਿੱਥੇ ਤੁਹਾਨੂੰ ਚੰਗਾ ਲੱਗਿਆ ਹੋਣਾ, ਜਿੱਥੇ ਆਪਣਾ ਆਪਣਾ ਕੋਈ ਗੱਲ ਸੁਣਦਾ ਹੈ, ਬਣਦਾ ਹੈ, ਆਪਣੀ ਚੱਲਦੀ ਹੈ ਜੀ, ਉੱਥੇ ਵੋਟ ਪਾਉਣੀ ਚਾਹੀਦੀ ਆ। ਠੀਕ ਹੈ ਜੀ ਭੈਣ, ਫਿਰ ਆਪਾਂ ਤਾਂ ਚੱਲਦੇ ਹਾਂ। ਤੁਸੀਂ ਪਤਾ ਨਹੀਂ ਪਾਏ ਜਾਂ ਪਾਉਣ ਜਾਣਾ, ਤੁਸੀਂ ਆਪਣੇ ਟਾਈਮ ਨਾਲ ਪਾਉਣ ਜਾਣਾ ਹੋਊਗਾ ਜੀ, ਹੈ ਨਾ। ਫਿਰ ਹੋਰ ਦੇਖਦੇ ਹਾਂ ਜੀ। ਗਿਆ ਦਵਾ ਲੈਣ। ਅੱਛਾ ਅੱਛਾ, ਆ ਨਹੀਂ ਜਾਣਦੇ ਜਿਹੜੇ 80+ ਨੇ ਉਹ ਜਾ ਸਕਦੇ ਆ ਕਿ ਜਿਨ੍ਹਾਂ ਦੀ ਉਮਰ 80 ਸਾਲ ਆ ਉਹ ਪਹਿਲਾਂ ਵੋਟ ਪਾ ਸਕਦੇ ਆ। ਚਲੋ ਜੀ, ਹੁਣ ਆਪਾਂ ਵੋਟ ਪਾ ਕੇ ਆ ਗਏ। ਤੁਹਾਨੂੰ ਦੱਸਿਆ ਜਦੋਂ ਵੋਟ ਪਾਉਣ ਗਏ ਸੀਗੇ ਤੇ ਕਾਫੀ ਇਕੱਠ ਸੀਗਾ, ਉੱਥੇ ਲਾਈਨਾਂ ਲੱਗੀਆਂ ਹੋਈਆਂ ਸੀ ਤੇ ਆਪਾਂ ਨੂੰ 1.5 ਘੰਟਾ ਸਾਰਾ ਲੱਗ ਗਿਆ। ਤੇ ਹੁਣ ਆਪਾਂ ਨੂੰ ਬਹੁਤ ਭੁੱਖ ਲੱਗੀ ਹੈ, ਪ੍ਰਸ਼ਾਦਾ ਛਕਦੇ ਹਾਂ ਜੀ। ਤੇ ਉਸ ਤੋਂ ਬਾਅਦ ਆਪਾਂ ਸ਼ਾਮ ਨੂੰ ਬਣਾਉਂਦੇ ਹਾਂ। ਹੁਣ ਕੋਈ ਸਬਜ਼ੀ ਭਾਜੀ ਤਾਂ ਹੈ ਨਹੀਂ, ਕੋਈ ਗਾਜਰਾਂ ਮਟਰ ਵਗੈਰਾ। ਤੇ ਹੁਣ ਆਪਾਂ ਮੇਥਿਆਂ ਦੀ ਭੁਰਜੀ ਬਣਾਵਾਂਗੇ ਜੀ, ਆਲੂ ਮੇਥੇ। ਤੇ ਹੁਣ ਪਹਿਲਾਂ ਕੱਪੜੇ ਕੁੱਪੜੇ ਬਦਲਦੇ ਹਾਂ, ਹੈ ਨਾ, ਸਾਹ ਜਿਹਾ ਲੈਂਦੇ ਹਾਂ। ਫਿਰ ਆਪਾਂ ਮੇਥੇ ਤੋੜ ਕੇ ਲਿਆਵਾਂਗੇ ਅਤੇ ਭੁਰਜੀ ਬਣਾ ਕੇ ਤੁਹਾਨੂੰ ਦਿਖਾਵਾਂਗੇ ਜੀ। ਇਹ ਜਿਹੜੀ ਮੇਥਿਆਂ ਦੀ ਭੁਰਜੀ ਆ ਨਾ, ਇਹ ਮਤਲਬ ਜਿਵੇਂ ਆਪਾਂ ਕਹਿ ਦਿੰਦੇ ਹਾਂ ਵੀ ਬਹੁਤ ਵਧੀਆ, ਬਹੁਤ ਠੀਕ ਰਹਿੰਦੀ ਹੈ ਸਰੀਰ ਨੂੰ ਖਾਣ ਵਾਸਤੇ। ਜਿਵੇਂ ਜਿਵੇਂ ਬਣਾਵਾਂਗੇ ਉਵੇਂ ਤੁਹਾਨੂੰ ਸਬਜ਼ੀ ਦਿਖਾ ਦਾਂਗੇ। ਹੁਣ ਆਪਾਂ ਪ੍ਰਸ਼ਾਦਾ ਪਾਣੀ ਛੱਕ ਕੇ ਜੀ ਫਿਰ ਆਪਾਂ ਬਣਾਉਂਦੇ ਹਾਂ ਆਲੂ ਮੇਥਿਆਂ ਦੀ ਭੁਰਜੀ। ਅਤੇ ਠੀਕ ਹੈ ਜੀ, ਫਿਰ ਤੁਸੀਂ ਕਿਵੇਂ ਵੋਟ ਪਾਈ ਹੈ ਤੁਸੀਂ ਵੀ ਸਾਨੂੰ ਜ਼ਰੂਰ ਦੱਸਣਾ ਵੀ ਤੁਹਾਨੂੰ ਲਾਈਨਾਂ 'ਚ ਲੱਗਣਾ ਪਿਆ ਕਿ ਨਹੀਂ। ਸਾਨੂੰ ਲਾਈਨਾਂ 'ਚ ਵੀ ਲੱਗਣਾ ਪਿਆ ਅਤੇ ਅਸੀਂ ਆਪਣੀ ਵੋਟ ਕਰਿਆ ਹੈ ਜੀ। ਅਤੇ ਸਾਰੇ ਭੈਣ ਭਾਈਆਂ ਨੇ ਆਪਣੀ ਵੋਟ ਦੇਖ ਕੇ ਹੀ ਪਾਈ ਹੋਣੀ, ਕਿਉਂਕਿ 5 ਸਾਲ ਬਾਅਦ ਆਪਾਂ ਨੇਤਾ ਚੁਣਦੇ ਹਾਂ। ਠੀਕ ਹੈ ਜੀ, ਫਿਰ ਆਪਾਂ ਅਗਲੀ ਵੀਡੀਓ 'ਚ ਫਿਰ ਮਿਲਦੇ ਹਾਂ। ਸਾਰਿਆਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ ਜੀ। ਇੱਧਰ ਜੀ ਬਣਾਵਾਂਗੇ ਮੇਥਿਆਂ ਦੀ ਭੁਰਜੀ। ਤੁਹਾਨੂੰ ਪਤਾ ਹੀ ਹੈ ਵੀ ਇੰਨੇ ਘਾਹ ਵਿੱਚੋਂ ਮੇਥੇ ਲੱਭਣੇ ਕਿੰਨੇ ਮੁਸ਼ਕਲ ਨੇ, ਪਰ ਫਿਰ ਵੀ ਪੁਸ਼ਪਿੰਦਰ ਜੀ ਨੇ ਲੱਭੇ ਲਏ। ਆਲੂ ਪਾ ਕੇ ਬਣਾਵਾਂਗੇ ਜੀ ਆਲੂ ਮੇਥਿਆਂ ਦੀ ਭੁਰਜੀ। ਬਹੁਤ ਨੇ, ਮੈਂ ਤਾਂ ਕਹਿੰਦੀ ਬਹੁਤ ਨੇ। ਹਾਂ ਹੋਰ, ਹਾਂ ਹਾਂ ਬਸ ਹੋਰ ਰਹਿਣ ਦਿਓ। ਫਿਰ ਕਿੰਨਾ ਚਿਰ ਹੋ ਗਿਆ ਤੋੜਦਿਆਂ ਨੂੰ, ਅਤੇ ਆਪਣੀ ਅੱਧੀ ਬਾਲਟੀ ਹੋ ਗਈ ਜੀ। ਹੁਣ ਇਹਨਾਂ ਨੂੰ ਝਾੜ ਲਾਂਗੇ, ਫਿਰ ਇਹਨਾਂ ਨੂੰ ਧੋਵਾਂਗੇ, ਫਿਰ ਸੁਕਾ ਕੇ ਇਹਨਾਂ ਦੀ ਕਟਿੰਗ ਕਰਾਂਗੇ। ਬਸ ਬਸ ਆ ਜਾਓ। ਲਓ ਜੀ, ਆਪਾਂ ਨੇ ਮੇਥੇ ਤੋੜ ਲਏ ਅਤੇ ਹੁਣ ਆਪਾਂ ਇਹਨਾਂ ਨੂੰ ਧੋ ਦਾਂਗੇ ਜੀ ਪਾਣੀ ਪਾ ਕੇ। ਆਹ ਪਾਣੀ ਪਾ ਤਾ, ਫਿਰ ਦੂਈ ਬਾਲਟੀ 'ਚ ਪਾ ਕੇ ਜਾਣੀ, 2-3 ਪਾਣੀਆਂ 'ਚ ਇਹਨਾਂ ਨੂੰ ਬਿਲਕੁਲ ਸਾਫ਼ ਕਰ ਦਾਂਗੇ। ਦੇਖੋ ਕਿੰਨੇ ਸੋਹਣੇ, ਤਾਜ਼ੇ ਤਾਜ਼ੇ ਖੁਸ਼ਬੂ ਆ ਰਹੀ ਆ। ਲਓ ਜੀ, ਆਪਣੇ ਤਾਜ਼ੇ ਤਾਜ਼ੇ ਮੇਥੇ ਜਦ ਇੰਨੇ ਸੋਹਣੇ ਨੇ ਤਾਂ ਇਹਨਾਂ ਦੀ ਜਿਹੜੀ ਆਪਾਂ ਭੁਰਜੀ ਬਣਾਵਾਂਗੇ ਉਹ ਇੰਨੀ ਓ ਟੇਸਟੀ ਬਣੂਗੀ। ਜਦੋਂ ਅਸੀਂ ਤੋੜ ਰਹੇ ਸੀ ਨਾ ਉੱਥੇ ਮੇਥਿਆਂ ਕੋਲ ਅਤੇ ਧੋ ਰਹੇ ਸੀ ਤਾਂ ਇਹਨਾਂ ਦੀ ਬਹੁਤ ਜ਼ਿਆਦਾ ਵਧੀਆ ਖੁਸ਼ਬੂ ਆ ਰਹੀ ਸੀ। ਅਤੇ ਹੁਣ ਆਪਾਂ ਜਿਵੇਂ ਜਿਵੇਂ ਸਬਜ਼ੀ ਬਣਾਵਾਂਗੇ ਤੁਹਾਨੂੰ ਦਿਖਾਵਾਂਗੇ। ਲਓ ਜੀ, ਹੁਣ ਆਪਣੇ ਮੇਥਿਆਂ ਨੂੰ ਆਪਾਂ, ਮੈਂ ਤਾਂ ਨਾ ਹਰੇਕ ਕੋਈ ਧਨੀਆ ਮੇਥੇ ਕੁਛ ਵੀ ਹੈ, ਤੁਹਾਨੂੰ ਪਤਾ ਵੀ ਦਾਤੀ ਨਹੀਂ ਚਲਾਉਣੀ ਆਉਂਦੀ, ਚਾਕੂ ਨਾਲੇ ਕੱਟਦੀ ਹੁੰਦੀ ਹਾਂ। ਦੇਖੋ ਬਰੀਕ ਬਰੀਕ ਇਹਨਾਂ ਨੂੰ ਸਾਰੇ ਮੇਥੇ ਨੂੰ ਐਵੇਂ ਆਪਾਂ ਨੇ ਕਟਿੰਗ ਕਰ ਲੈਣੀ ਆ ਜੀ ਭੁਰਜੀ ਬਣਾਉਣ ਵਾਸਤੇ। ਐਂ ਕਰਕੇ ਆਪਾਂ ਨੇ ਸਾਰੇ ਮੇਥੇ ਨੇ ਜਿਹੜੇ ਕੱਟ ਦੇਣੇ ਨੇ। ਦੇਖੋ ਕਿੰਨੇ ਬਰੀਕ ਕੱਟੇ ਜਾ ਰਹੇ ਨੇ ਇਹ। ਇੱਧਰ ਮੇਥੇ ਕੱਟੇ ਗਏ ਜੀ, ਇੱਧਰ ਆਲੂ,
ਤੇ ਹੁਣ ਆਪਾਂ ਹਾਂ ਲਸਣ ਪਿਆਜ਼ ਵਗੈਰਾ ਸਾਰਾ ਕੁਝ ਕੱਟਦੇ ਆਂ। ਬਸ ਆਪਾਂ ਪੀਸਣਾ ਨਹੀਂ ਜੀ, ਖੜੇ ਮਸਾਲਿਆਂ ਦੀ ਸਬਜ਼ੀ ਬਣਾਉਣੀ ਆ। ਸੁੱਕੀ ਸਬਜ਼ੀ ਕੱਟ ਕੇ ਹੀ ਪਿਆਜ਼ ਪੂਜ ਪੈ ਜਾਂਦਾ ਹੁੰਦਾ ਜੀ। ਲਓ ਜੀ ਇੱਧਰ ਲਸਣ ਪਿਆਜ਼ ਅਦਰਕ ਜੀਰਾ ਵਗੈਰਾ ਪਾ ਕੇ ਮਸਾਲਾ ਭੁੰਨਣ ਲੱਗ ਗਏ ਜੀ। ਇੱਧਰ ਆਪਣੇ ਮੇਥੇ ਕੱਟੇ ਪਏ ਨੇ, ਆਲੂ। ਇਹ ਜੀ ਆਪਾਂ ਸਰ੍ਹੋਂ ਦੇ ਤੇਲ 'ਚ ਬਣਾ ਰਹੇ ਹਾਂ। ਸਰ੍ਹੋਂ ਦੇ ਤੇਲ 'ਚ ਜ਼ਿਆਦਾ ਮੇਥੇ ਵਧੀਆ ਬਣਦੇ ਨੇ ਜੀ। ਇੱਧਰ ਜੀ ਆਪਣਾ ਹਲਕਾ ਬਰਾਊਨ ਜਿਹਾ ਪਿਆਜ਼ ਹੋ ਗਿਆ। ਹੁਣ ਆਪਾਂ ਨੇ ਸਾਰੇ ਮੇਥੇ ਨੇ ਇਹਦੇ ਵਿੱਚ ਐਂ ਪਾ ਦੇਣੇ ਨੇ, ਅਤੇ ਇਹਨਾਂ ਨੂੰ ਨਾ ਇਕੱਲੇ ਮੇਥਿਆਂ ਨੂੰ ਭੁੰਨਣਾ ਜੀ ਇਹਦੇ ਵਿੱਚ। ਸਾਰੇ ਮੇਥੇ ਪੈ ਗਏ ਜੀ। ਹੁਣ 5 ਮਿੰਟ ਨਾ ਆਪਾਂ ਨੇ ਇਹਨਾਂ ਨੂੰ ਪਕਾਉਣਾ। ਕੜਛੀ ਫੇਰੀ ਜਾਣੀ ਆ। ਮੇਥੇ ਭੁੱਜ ਚੁੱਕੇ ਨੇ ਜੀ, ਪੱਕ ਚੁੱਕੇ ਨੇ, ਮਤਲਬ ਦੇਖੋ ਕਿੰਨੇ ਸੀਗੇ ਇਹ ਪਿਚਕ ਜੇ ਗਏ, ਘੱਟ ਜਾਂਦੇ ਨੇ ਜਦੋਂ ਭੁੱਜ ਜਾਂਦੇ ਨੇ। ਹੁਣ ਆਪਾਂ ਇਹਦੇ ਵਿੱਚ ਪਾ ਦਾਂਗੇ ਆਲੂ, ਆਲੂਆਂ ਤੋਂ ਬਾਅਦ ਵਿੱਚ ਪਾਵਾਂਗੇ ਲੂਣ ਮਿਰਚ, ਫਿਰ ਇਹਨੂੰ 10 ਮਿੰਟ ਪੂਰਾ ਪਕਾਵਾਂਗੇ ਜੀ। ਦੇਖੋ ਜੀ ਮੇਥੇ ਭੁੱਜਣ ਤੋਂ ਆਲੂ ਪਾ ਤੇ, ਵਿੱਚ ਨਮਕ ਹਲਦੀ ਮਿਰਚ ਮਸਾਲੇ ਸਾਰਾ ਕੁਛ ਪਾ ਤਾ, ਅਤੇ ਇਹਨਾਂ ਨੂੰ ਆਪਾਂ ਹਿਲਾ ਦੇਣਾ ਅਤੇ ਢੱਕ ਕੇ ਗੈਸ ਘੱਟ ਕਰਕੇ ਜੀ ਨਾ ਢੱਕ ਦੇਣਾ, ਇਹਨਾਂ ਨੇ ਭਾਫ 'ਚ ਰਿੱਝ ਜਾਣਾ। 10 ਮਿੰਟ ਬਾਅਦ ਆਪਾਂ ਢੱਕਣ ਚੱਕ ਕੇ ਦੇਖਾਂਗੇ, ਕਿਉਂਕਿ ਜਦੋਂ ਭਾਫ ਹੋ ਜਾਂਦੀ ਹੈ ਫਿਰ ਪਲੇਟ ਦੇ ਵਿੱਚੋਂ ਨਾ ਢੱਕਣ ਵਾਲੀ ਵਿੱਚੋਂ ਪਾਣੀ ਰਸਣਾ ਸ਼ੁਰੂ ਹੋ ਜਾਂਦਾ, ਉਸ ਭਾਫ 'ਚ ਬਣ ਜਾਂਦੇ ਨੇ ਜੀ ਇਹ। ਹੁਣ ਆਪਾਂ ਇਹਨਾਂ ਨੂੰ ਢੱਕ ਦਾਂਗੇ ਫੇਰ ਕੇ ਸਮਾਰ ਕੇ। ਲਓ ਜੀ ਢੱਕਣ ਚੱਕ ਕੇ ਦਿਖਾਉਂਦੇ ਹਾਂ, ਆਪਣੀ ਸਬਜ਼ੀ ਹੈ ਜਿਹੜੀ ਆ ਦੇਖੋ ਬਣ ਰਹੀ ਹੈ ਜੀ, ਭਾਫ ਹੋ ਗਈ ਇਹ 'ਚ ਬਣ ਜਾਣਾ, ਹਜੇ ਬਣੀ ਨਹੀਂ ਹੈਗੀ। ਇੱਧਰ ਆਪਣੀ ਸਬਜ਼ੀ ਬਣ ਕੇ ਬਿਲਕੁਲ ਤਿਆਰ ਹੈ ਜੀ। ਹੁਣ ਆਪਾਂ ਗੈਸ ਕਰਨ ਲੱਗੇ ਬੰਦ, ਇਹ ਭਾਫ ਜੀ ਕਰਕੇ ਨਾ ਦਿਖਾਈ ਨਹੀਂ ਦੇ ਰਹੀ, ਹਨੇਰਾ ਹੋ ਗਿਆ ਨਾਲੇ। ਦੇਖੋ ਦੇਖੋ ਬਿਲਕੁਲ ਥੱਲੇ ਨਹੀਂ ਲੱਗਦੀ ਹੈਗੀ, ਦੇਖੋ ਬਿਲਕੁਲ ਸਬਜ਼ੀ ਆਪਣੀ। ਲਓ ਜੀ ਸਬਜ਼ੀ ਤੋਂ ਬਾਅਦ ਹੁਣ ਆਪਣਾ ਫੁਲਕਾ ਵੀ ਬਣ ਰਿਹਾ ਗਰਮ ਗਰਮ। ਲਓ ਜੀ ਸਬਜ਼ੀ ਫੁਲਕਾ ਗਰਮ ਗਰਮ ਬਿਨਾਂ ਚੋਪੜਿਆ। ਇੱਧਰ ਜੀ ਤੁਹਾਨੂੰ ਦਿਖਾਉਂਦੇ ਹਾਂ ਬਾਈ, ਉੱਧਰ ਗੱਠੇ ਪਤਾ ਨਹੀਂ ਲਸਣ ਗੁੱਡਦੇ ਨੇ, ਕੋਲ ਜਾ ਕੇ ਪੁੱਛ ਕੇ ਆਉਂਦੇ ਵੀ ਲਸਣ ਕ ਗੱਠੇ, ਨਾਲੇ ਤੁਹਾਨੂੰ ਦਿਖਾਉਂਦੇ ਹਾਂ ਜੀ। ਇੱਧਰ ਨਾ ਐਤਕੀ ਤਾਂ ਦੇਖੋ ਮੀਂਹ ਮੂੰਹ ਕਰਕੇ ਕਣਕਾਂ ਦਾ ਕਿੰਨਾ ਨੁਕਸਾਨ ਸੀ, ਹੈ ਨਾ। ਅਤੇ ਇੱਧਰ ਵੀ ਆਪਣੇ ਮੇਥਿਆਂ ਦੇ ਵਿੱਚ ਮੇਥਾ ਤਾਂ ਕੋਈ ਕੋਈ ਦਿਸਦਾ, ਆਪਾਂ ਤੋੜਦੇ ਹੁੰਦੇ ਹਾਂ ਜਦੋਂ, ਆ ਦੇਖੋ ਐਂ ਲੱਭਣੇ ਪੈਂਦੇ ਨੇ ਜੀ ਮੇਥੇ। ਅਤੇ ਵਿੱਚ ਘਾਹ ਇੰਨਾ ਜ਼ਿਆਦਾ ਹੋ ਗਿਆ ਮੇਥਿਆਂ ਦੇ ਵਿੱਚ ਵੀ, ਆਲੂਆਂ 'ਚ ਵੀ, ਆਹ ਪਾਲਕ ਦੇ ਵਿੱਚ ਵੀ, ਅਤੇ ਆਪਣਾ ਪਾਲਕ ਤੋਂ ਬਿਨਾਂ ਲਸਣ ਦੇ ਵਿੱਚ ਵੀ, ਗੱਠਿਆਂ ਦੇ ਵਿੱਚ ਵੀ। ਹੁਣ ਉੱਧਰ ਬਾਈ ਗੁਡਾਈ ਕਰ ਰਹੇ ਨੇ, ਤੁਹਾਨੂੰ ਥੋੜ੍ਹਾ ਜਿਹਾ ਨੇੜੇ ਤੋਂ ਦਿਖਾਉਂਦੇ ਹਾਂ ਵੀ ਇੰਨਾ ਲਸਣ ਪਿਆਜ਼ ਨਹੀਂ ਹੋਏ ਜੀ ਜਿੰਨਾ ਆਪਣੇ ਘਾਹ ਹੋ ਗਿਆ। ਇੱਧਰ ਤਾਂ ਜੀ ਆਪਣਾ ਦੇਖੋ ਲਸਣ ਆਹ ਦਿਸਦਾ ਹੀ ਨਹੀਂ ਹੈਗਾ, ਬਿਲਕੁਲ ਭਰ ਗਿਆ। ਉੱਧਰ ਔਖੇ ਸੌਖੇ ਗੜਾਈ ਕਰਕੇ, ਇੱਧਰ ਆ ਦੇਖੋ ਵੀ ਇੰਨੇ ਘਾਹ ਦੇ ਵਿੱਚੋਂ, ਆ ਘਾਹ ਜਿਹੜਾ ਕਿਆਰਾ ਇਹ ਨਾ ਲਸਣ ਦਾ, ਇਹ ਲਸਣ ਦਾ ਨਾ ਉਹ ਤਾਂ ਗੱਠੇ ਨੇ, ਹੈ ਨਾ, ਉਹਦੇ ਵਿੱਚੋਂ ਜੀ ਇੰਨਾ ਜ਼ਿਆਦਾ ਘਾਹ ਹੈ ਜੀ, ਚੋ ਗੜਾਈ ਕਰਨ ਵੇਲੇ ਦੇਖੋ ਹੁਣ ਲਸਣ ਦਿਸ ਰਿਹਾ। ਇੱਧਰ ਆ ਦੇਖੋ ਇੰਨੇ ਸਾਰਾ ਘਾਹ ਹੈ, ਮਸਾ ਮੁਸ਼ਕਲ ਨਾਲ ਇਹਦੇ ਵਿੱਚੋਂ ਲਸਣ ਲੱਭਿਆ। ਅਤੇ ਆ ਦੇਖੋ ਜਿਵੇਂ ਵਿੱਚ ਧਣੀਆ ਹੈ, ਦੇਖੋ ਜੀ ਇੰਨੇ ਘਾਹ 'ਚ ਗੁਡਾਈ ਕਰਕੇ ਉਹ ਲਸਣ ਨਿਕਲਿਆ ਆ। ਅਤੇ ਇੱਧਰ ਦੋ ਕਿਆਰੇ ਪਿਆਜ਼ਾਂ ਦੇ ਨੇ, ਆ ਪਿਆਜ਼ ਤਾਂ ਉਹ ਗੁਡਾਈ ਕਰਕੇ ਹੋ ਗਏ ਵਧੀਆ ਜੀ। ਇੱਧਰ ਜਿਹੜੇ ਪਿਆਜ਼ ਨੇ ਦੇਖੋ ਵੱਟਾਂ ਉੱਤੇ ਘਾਹ ਪਿਆ। ਦੇਖੋ ਜੀ ਇੰਨੇ ਘਾਹ ਦੇ ਵਿੱਚੋਂ ਤਾਂ ਇਹ ਗੜਾਈ ਕਰਨੀ ਹੈ ਜਿਹੜੀ, ਬਹੁਤ ਜ਼ਿਆਦਾ ਮੁਸ਼ਕਲ ਆ। ਅਤੇ ਮਤਲਬ ਕਿੰਨੀਆਂ ਦਿਹਾੜੀਆਂ ਲੱਗ ਗਈਆਂ ਤੁਹਾਨੂੰ ਪਤਾ ਹੀ ਆ, ਦੇਖੋ ਇੰਨੀ ਦਿਹਾੜੀਆਂ ਲਾ ਕੇ ਤਾਂ ਇਹ। Thank you.
ਹੁਣ ਹੋ ਤਾਂ ਗਈ ਸਾਰੇ ਮਾੜੀ ਜੀ ਰਹਿ ਗਈ ਪਤਲਾ ਪਤਲਾ ਜਿਹਾ ਪਾਣੀ ਫੇਰ ਉਹ ਚ ਜ਼ਿਆਦਾ ਰਹਿ ਗਈ ਨਾਲੇ ਪਾ ਦੇ ਰੇਟ ਜਿਹਾ ਡਾਈ ਪਾ ਦੇ ਵਿੱਚ ਚਾਹੇ ਸੁਪਰ ਪਾ ਦੇ ਵਿੱਚ ਲਓ ਜੀ ਇਹਦੇ ਵਿੱਚ ਨਾ ਹੁਣ ਪਾਣੀ ਵੀ ਦੇਣਾ ਤੇ ਆਪਾਂ ਰੂੜੀ ਦਾ ਥੋੜਾ ਜਿਹਾ ਰੇਹ ਵੀ ਪਾਵਾਂਗੇ ਘਰ ਦਾ ਦੇਸੀ ਮੱਝਾਂ ਦਾ ਦੂਜਾ ਰੇਹ ਰੂਹ ਨਹੀਂ ਅਸੀਂ ਇਹਦੇ ਵਿੱਚ ਪਾਉਂਦੇ ਹੁੰਦੇ ਆਪਣੀ ਘਰ ਦੀ ਸਬਜ਼ੀ ਭਾਜੀ ਕਣਕ ਜੀ ਦੇ ਵਿੱਚ ਅਤੇ ਐਤਕੀ ਤੁਹਾਨੂੰ ਦੱਸਿਆ ਮੀਹਾਂ ਕਰਕੇ ਘਾਹ ਜ਼ਿਆਦਾ ਹੋ ਗਿਆ ਅਤੇ ਗੜਾਈ ਕਰਕੇ ਬੜੀ ਮੁਸ਼ਕਲ ਨਾਲ ਆਹ ਲਸਣ ਪਿਆਜ਼ ਲੱਭਿਆ ਹੁਣ ਇਹ 'ਚ ਰੇਹ ਰੂਹ ਪਾ ਕੇ ਜੀ ਪਾਣੀ ਧਾਣੀ ਦੇ ਕੇ ਇਹ ਵਧੂਗਾ ਵੈਸੇ ਲਾਉਣ ਤੋਂ ਪਹਿਲਾਂ ਵੀ ਆਪਾਂ ਨੇ ਦੇਸੀ ਰੇਹ ਪਾਇਆ ਸੀਗਾ ਤੁਹਾਨੂੰ ਦਿਖਾਇਆ ਸੀ ਚੱਲਦੇ ਹਾਂ ਜੀ ਚਾਹ ਪਾਣੀ ਬਣਾਉਂਦੇ ਹਾਂ ਹੁਣ ਕੋਈ ਕਾਰਨ ਨਹੀਂ।